ਲੜੀ ਚੱਲ ਰਹੀ ਆ ਮੇਰੇ ਜਜਵਾਦ ਤੇ ਚੈਨਲ ਆ ਜੀ ਪਿੰਡ ਆਸਟ੍ਰੇਲੀਆ ਤੇ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੰਟੂ ਬਰਾੜ ਤੇ ਹਰ ਵਾਰ ਦੀ ਤਰ੍ਹਾਂ ਮੇਰੇ ਜਜਵਾਦ ਚ ਇਸ ਟਾਈਮ ਮੇਰੇ ਨਾਲ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਆ ਅੱਜ ਦਾ ਜਿਹੜਾ ਛੋਟਾ ਜਿਹਾ ਐਪੀਸੋਡ ਅਸੀਂ ਕਰਨਾ ਇਹ ਵੈਸੇ ਜੀਵਨ ਜਾਂਚ ਦੀਆਂ ਗੱਲਾਂ ਦੇ ਵਿੱਚੋਂ ਗੱਲਾਂ ਨਿਕਲ-ਨਿਕਲ ਕੇ ਆਉਂਦੀਆਂ ਮੈਂ ਜਦੋਂ ਸੁਣਦਾ ਗੱਲਾਂ ਮੈਨੂੰ ਚੰਗੀਆਂ ਲੱਗਦੀਆਂ ਤੇ ਮੈਨੂੰ ਲੱਗਦਾ ਤੁਹਾਡੇ ਤੱਕ ਵੀ ਪਹੁੰਚਦੀਆਂ ਕਰਾਂ ਸੋ ਉਹਨਾਂ ਗੱਲਾਂ ਦੇ ਤਹਿਤ ਹੀ ਮੈਂ ਅੱਜ ਜਿਹੜੀ ਇੱਕ ਛੋਟੀਆਂ-ਛੋਟੀਆਂ ਗੱਲਾਂਿਆਂ ਦਾ ਜੋੜ ਕੇ ਇਹਨਾਂ ਨੂੰ ਆਪਾਂ ਕਰਨਾ ਇਸ ਗੱ ਤੁਰਾ ਕੀ ਬਣਦਾ ਤੁਰਾਏ ਬਣਦਾ ਵੀ ਅਕਸਰ ਅਸੀਂ ਕਹਿੰਦੇ ਨੇ ਗੋਰੀਆਂ ਦਾ ਰਾਜ ਚੰਗਾ ਸੀ ਗੋਰੀਆਂ ਦਾ ਸਿਸਟਮ ਚੰਗਾ ਸੀ ਗੋਰੀਆਂ ਦੀ ਆ ਕਰਨ ਦਾ ਕੰਮ ਕਰਨ ਦਾ ਤਰੀਕਾ ਚੰਗਾ ਸੀ ਤੇ ਅਸੀਂ ਬੈਠੇ ਆਫੇਰ ਥੁੜੀਆਂ ਜੀਆਂ ਗੱਲਾਂ ਕਰ ਰਹੇ ਸੀ ਤੇ ਉਹੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਪੰਨੂ ਸਾਹਿਬ ਇੱਕ ਤਾਂ ਬਹੁਤ ਫੇਰ ਸਵਾਗਤ ਆ ਸੱਸੀ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ ਮਿੰਟੂ ਸਾਹਿਬ ਤੁਹਾਡੀ ਵੀ ਤੇ ਦਰਸ਼ਕਾਂ ਦੀ ਪੰਨੂ ਜੀ ਗੱਲਾਂ ਤਾਂ ਛੋਟੀਆਂ ਪਰ ਸਾਡੇ ਲਈ ਬਹੁਤ ਵੱਡੀਆਂ ਆਮ ਤੱਕੀ ਵਰੀ ਜੀਵਨ ਜਾਂਚ ਦੀਆਂ ਨਿੱਕੇ ਨਿੱਕੇ ਗੱਲਾਂ ਨਾਲ ਹੀ ਜੀਵਨ ਬਣਦਾ ਸੋ ਆਪਾਂ ਗੱਲ ਕਰ ਰਹੇ ਸੀ ਵੀ ਗੋਰਿਆਂ ਦਾ ਕੀ ਸਿਸਟਮ ਸੀ ਜਿਵੇਂ ਪਾਣੀ ਦਾ ਮਿਰਾਬ ਦੀ ਗੱਲ ਚੱਲ ਰਹੀ ਸੀ ਤੁਸੀਂ ਜਰੂਰ ਸਾਡੇ ਨਾਲ ਸਾਂਝਾ ਪਾਓ ਪਹਿਲਾਂ ਤਾਂ ਮਿਰਾਬ ਕੀ ਹੁੰਦਾ ਸੀ ਆਪਣੇ ਦਰਸ਼ਕਾਂ ਨੂੰ ਪਹਿਲੋ ਤਾਂ ਇਹ ਜਾਣਕਾਰੀ ਦੇ ਦਈਏ ਕਿ ਅਕਸਰ ਸਾਡੇ ਬਜ਼ੁਰਗ ਕਹਿੰਦੇ ਸੀ ਅੰਗਰੇਜ਼ਾਂ ਦਾ ਰਾਜ ਚੰਗਾ ਸੀ ਜੀ ਅਸੀਂ ਜਵਾਨ ਹੁੰਦੇ ਕਿਤਾਬਾਂ ਚੋਂ ਪੜ੍ਹਦੇ ਮਾਸਟਰਾਂ ਨੇ ਪ੍ਰੋਫੈਸਰਾਂ ਨੇ ਦੱਸਿਆ ਹੁੰਦਾ ਵੀ ਅਸੀਂ ਤਾਂ ਗੁਲਾਮ ਸੀ ਉਦੋਂ ਜੀ ਗੁਲਾਮੀ ਥੋੜਾ ਚੰਗੀ ਹੁੰਦੀ ਹੈ ਜੀ ਹਾਕਮ ਹੈ ਜਿਹੜਾ ਅਜੀ ਨੇ ਸਾਨੂੰ ਗੁਲਾਮ ਬਣਾਇਆ ਹੈ ਉਹ ਥੋੜਾ ਚੰਗਾ ਹੁੰਦਾ ਹੈ ਜੀ ਤੋਂ ਸਾਨੂੰ ਬਾਰ ਬਾਰ ਇਹ ਪੜਤੀ ਪੜਾਏਗੀ ਵੀ ਅੰਗਰੇਜ਼ ਬਹੁਤ ਮਾੜੇ ਸਨ ਹਮ ਹੁਣ ਉਹ ਮਰਾ ਗਈ ਹੈ ਵੀ ਆਪਾਂ ਦੂ ਤੋਂ ਡਿਸਟੈਂਸ ਤੋਂ ਕੁਝ ਵਿਸ਼ਲੇਸ਼ਣ ਕਰ ਸਕਦੇ ਹਾਂ ਜੀ ਵਾਕਈ ਚੰਗੇ ਸੀ ਕਿ ਮਾੜੇ ਸੀ ਜੀ ਦੇਖੋ ਇਸ ਗਲਤੀ ਤਾਂ ਕੋਈ ਵਿਵਾਦ ਨਹੀਂ ਕਿ ਸਵਰਾਜ ਤੋਂ ਵੱਡੀ ਤੇ ਵਧੀਆ ਕੋਈ ਚੀਜ਼ ਨਹੀਂ ਹੁੰਦੀ ਬਿਲਕੁਲ ਲੇਕਿਨ ਆਪਾਂ ਕੁਝ ਦੇਖ ਰਹੇ ਹਾਂ ਆਜ਼ਾਦੀ ਤੋਂ ਬਾਅਦ ਘਟਨਾਵਾਂ ਇਹਦੇ ਚ ਇੱਕ ਕਮੈਂਟ ਮੈਂ ਫਿਕਰ ਤੋਂ ਸੁਵਿਧਾ ਧਿਆਨ ਜੀ ਉਰਦੂ ਦਾ ਬੜਾ ਵੱਡਾ ਲੇਖ ਸੀ ਤੇ ਪੰਜਾਬੀ ਵਿੱਚ ਵੀ ਅਨਵਾਦ ਕੁਝ ਮਿਲ ਜਾਂਦੇ ਨੇ ਜੀ ਫਿਕਰ ਤਾਂ ਉਸ ਵੀ ਲਿਖਦਾ ਹੈ ਪਹਿਲਾਂ ਅਸੀਂ ਗੁਲਾਮ ਹੁੰਦੇ ਸੀ ਹੂੰ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਬੇਈਮਾਨੀ ਬੜੀ ਹੁੰਦੀ ਸੀ ਹੂੰ ਉਦੋਂ ਭ੍ਰਿਸ਼ਟਾਚਾਰ ਬੜਾ ਹੁੰਦਾ ਸੀ ਹੁਣ ਬਿਲਕੁਲ ਬੇਈਮਾਨੀ ਨਹੀਂ ਹੈ ਹੁਣ ਕੋਈ ਭ੍ਰਿਸ਼ਟਾਚਾਰ ਨਹੀਂ ਹੈ ਉਦੋਂ ਗਰੀਬਾਂ ਨੂੰ ਕੋਈ ਨਹੀਂ ਪੁੱਛਦਾ ਸੀ ਜੀ ਉਦੋਂ ਅਮੀਰਾਂ ਦੀ ਪੁੱਛ ਪ੍ਰਤੀਤ ਹੀ ਹੁੰਦੀ ਸੀ ਜੀ ਹੁਣ ਅਸੀਂ ਆਜ਼ਾਦ ਹਾਂ ਹੁਣ ਗਰੀਬਾਂ ਦੀ ਐਨੀ ਪੁਛ ਪ੍ਰਤੀਤ ਹੋਣ ਲੱਗੀ ਕਿ ਗਰੀਬ ਤੰਗ ਆ ਗਏ ਉਹ ਕਹਿੰਦੇ ਨੇ ਸਾਡੀ ਪੁਛ ਪ੍ਰਤੀਤ ਕਰਨੀ ਛੱਡੋ ਹੁਣ ਤੁਸੀਂ ਅਮੀਰਾਂ ਦੀ ਪੁਛ ਪ੍ਰਤੀਤ ਨਹੀਂ ਕਰ ਲੋ ਵਾਕਈ ਯਾਰ ਲੋਕ ਦਰਸ਼ਕੋ ਹਰ ਚੀਜ਼ ਉਦੋਂ ਮਾੜੀ ਨਹੀਂ ਸੀ ਜੀ ਕੁਝ ਗੱਲਾਂ ਆ ਜਿਹੜੀਆਂ ਅੰਗਰੇਜ਼ਾਂ ਦੀਆਂ ਯਾਦ ਆਉਂਦੀਆਂ ਨੇ ਆਉਂਦੀਆਂ ਰਹਿਣਗੀਆਂ ਉਹ ਇਹ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਨਹਿਰਾਂ ਦਾ ਜਾਲ ਵਿਛਾਇਆ ਜੀ ਫਿਰ ਉਹਨਾਂ ਨੇ ਸੜਕਾਂ ਦਾ ਤੇ ਰੇਲਾਂ ਦਾ ਜਾਲ ਵਿਛਾਇਆ ਜੀ ਉਹਨਾਂ ਨੇ ਪ੍ਰੈਸ ਸ਼ੁਰੂ ਕੀਤੀ ਅਖਬਾਰੀ ਅਖਬਾਰ ਦਿੱਤਾ ਸਾਨੂੰ ਜੀ ਗੁਰਮੁਖੀ ਪੰਜਾਬੀ ਦਾ ਟਾਈਪ ਰਾਈਟਰ ਅੰਗਰੇਜ਼ਾਂ ਨੇ ਬਣਾ ਕੇ ਦਿੱਤਾ ਜੀ ਤੋਂ ਅੰਗਰੇਜ਼ਾਂ ਨੂੰ ਇਹ ਵੀ ਸਲਾਹਕਾਰਾਂ ਵੱਲੋਂ ਸਿੱਖਿਆ ਦਿੱਤੀ ਜਾਂਦੀ ਸੀ ਕਿ ਇਹ ਤੁਸੀਂ ਸਕੂਲ ਖੋਲਦੇ ਅੰਗਰੇਜ਼ ਅੰਗਰੇਜ਼ਾਂ ਤੋਂ ਪਹਿਲਾਂ ਪੰਜਾਬ ਵਿੱਚ ਜਾਂ ਹਿੰਦੁਸਤਾਨ ਵਿੱਚ ਸੈਕੂਲਰ ਸਕੂਲ ਨਹੀਂ ਹੁੰਦੇ ਸੀ ਹਮ ਮੁਸਲਮਾਨ ਮਸਜਿਦ 'ਚ ਪੜਨਗੇ ਜੀ Hindu ਮੰਦਿਰ 'ਚ ਸਿੱਖ ਗੁਰਦੁਆਰੇ 'ਚ ਜੀ ਅੰਗਰੇਜ਼ਾਂ ਨੇ ਤਿੰਨਾ ਧਰਮਾਂ ਦਾ ਇੱਕ ਸਕੂਲ ਬਣਾ ਕੇ ਦਿਖਾ ਦਿੱਤਾ ਜੀ ਤੇ ਉੱਥੇ ਧਰਮ ਦੇ ਨਾਂ ਤੇ ਸਕੂਲ 'ਚ ਕੋਈ ਫਸਾਦ ਨਹੀਂ ਹੁੰਦਾ ਸੀ ਜੀ ਜੀ ਬਿਲਕੁਲ ਤੋਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਅੰਗਰੇਜ਼ਾਂ ਨੇ ਜਿਹੜੀਆਂ ਕੁਝ ਸਕੀਮਾਂ ਬਣਾਈਆਂ ਤਿਆਰ ਕੀਤੀਆਂ ਉਹ ਫਾਲੋ ਕਰਨੀਆਂ ਬਣਦੀਆਂ ਸੀ ਜੇ ਚੰਗੀਆਂ ਨੇ ਅਸੀਂ ਕਾਨੂੰਨ ਵੀ ਤਾਂ ਉਹੀ ਰੱਖੇ ਪਏ ਨਾ ਸਮਿਆਂ ਦੀ ਬਿਲਕੁਲ ਰੱਖ ਰੱਖੇ ਕਾਨੂੰਨ ਹੋ ਤੇ ਲੇਕਿਨ ਇਮਾਨਦਾਰੀ ਦਿਾਨਤਦਾਰੀ ਤਾਂ ਉਹ ਜੀ ਹੋਵੇ ਜਿਹੇ ਜੰਗਰੇਜ਼ਾਂ ਕੋਲ ਸੀ ਜੀ ਜੀ ਮੈਂ ਇੱਕ ਦੋ ਆਮ ਘਟਨਾਵਾਂ ਨੇ ਇਹ ਬਹੁਤ ਵੱਡੀਆਂ ਨਹੀਂ ਹਨ ਲੇਕਿਨ ਇਹਦੇ ਤੋਂ ਪਰਖ ਹੋ ਜਾਂਦੀ ਹੈ ਇੱਕ ਦਾਣੇ ਤੋਂ ਹੀ ਵੀ ਖੀਰ ਕਿਹੋ ਜੀ ਬਣੀ ਕਿ ਨਹੀਂ ਬਣੀ ਬਿਲਕੁਲ ਜੀ ਜਦੋਂ ਨਹਿਰਾਂ ਦਾ ਜਾਲ ਵਿਛਾਇਆ ਤਾਂ ਕਿਸਾਨਾਂ ਦੇ ਖੇਤਾਂ ਤੱਕ ਖਾਲਾਂ ਰਾਹੀਂ ਪਾਣੀ ਪੜਿਆ ਬਿਲਕੁਲ ਜੀ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦੇ ਮੁਤਾਬਕ ਅਨੁਪਾਤ ਦੇ ਮੁਤਾਬਕ ਪਾਣੀ ਦੀ ਵੰਡ ਕਰਨੀ ਸੀ ਸਮੇਂ ਦੀ ਜੀ ਕਿਸੇ ਨੂੰ ਇੱਕ ਪਹਿਰ ਕਿਸੇ ਨੂੰ ਦੋ ਪਹਿਰ ਇਹਦੇ ਵਾਸਤੇ ਮੁਲਾਜ਼ਮ ਦੀ ਲੋੜ ਸੀ ਜੀ ਤੇ ਮੁਲਾਜ਼ਮ ਹੈ ਜਿਹੜਾ ਉਹ ਸਰਕਾਰ ਤੇ ਬੋਝ ਨਾ ਹੋਵੇ ਉਹ ਛਮਾਹੀ ਦਾਣੇ ਦੇਣ ਜਿਨ੍ਹਾਂ ਦਾ ਹਿਸਾਬ ਤਾਂ ਪਾਣੀ ਦਦੇਊਗਾ ਤੇ ਰੱਖੂਗਾ ਹੂੰ ਉਹਦਾ ਜਿਹੜਾ ਰੁਤਬਾ ਹੈ ਡੈਜ਼ਿਗਨੇਸ਼ਨ ਉਹ ਸੀ ਮੀਰ ਆਬ ਮੀਰ ਆਬ ਅਗਰ ਮੀਰ ਜਮਾ ਆਬ ਬਰਾਬਰ ਹੈ ਮੀਰ ਆਬ ਜੀ ਮੀਰ ਮੈਨੇ ਕੰਟਰੋਲ ਕਰਨ ਵਾਲਾ ਹਾਕਮ ਜੀ ਆਬ ਮੈਨੇ ਪਾਣੀ ਪਾਣੀ ਦਾ ਬੰਦੋਬਸਤ ਕਰਨ ਵਾਲਾ ਉਸ ਬੰਦੇ ਨੇ ਪਿੰਡ ਦੇ ਸਾਰੇ ਲੋਕਾਂ ਦੀ ਜ਼ਮੀਨ ਦੀ ਮਿੰਤੀ ਲੈ ਕੇ ਪਟਵਾਰੀ ਤੋਂ ਗਰਦੌਰ ਤੋਂ ਉਹਨੇ ਫਿਰ ਪਾਣੀ ਵੰਡਣਾ ਹੈ ਜੀ ਇਹਦੇ ਬਦਲੇ ਉਹਨੂੰ ਸਮਾਈ ਦਾਣੇ ਮਿਲਣਗੇ ਲੇਕਿਨ ਅੰਗਰੇਜ਼ਾਂ ਦੀ ਨੀਤੀ ਇਹ ਸੀ ਕਿ ਮੀਰਾਬ ਦੀ ਜਿਹੜੀ ਦੀ ਨਿਯੁਕਤੀ ਕਰਨੀ ਹੈ ਉਹ ਬੰਦਾ ਹੋਵੇ ਜਿਹਦੀ ਆਪਣੀ ਜ਼ਮੀਨ ਨਾ ਹੋਵੇ ਖੁਦ ਜ਼ਮੀਨਦਾਰ ਨਾ ਹੋਵੇ ਖੁਦ ਜ਼ਮੀਨਦਾਰ ਹੋਇਆ ਜੇ ਹੋ ਤਾਂ ਪਾਣੀ ਆਪਣੇ ਹਿੱਸੇ ਦਾ ਬਦਲੇ ਲੈਣੇ ਉਹਨੇ ਦੇਖ ਲੋ ਤੋ ਇਥੋਂ ਤੱਕ ਵਿਜਨ ਸੀ ਕਿ ਸਰਕਾਰ ਤੇ ਵੀ ਬੋਝ ਨਾ ਹੋਵੇ ਲੋਕਾਂ ਨੂੰ ਪਾਣੀ ਵੰਡ ਕੇ ਦੇ ਰਿਹਾ ਜਿਹੜਾ ਬੰਦਾ ਲੋਕ ਉਹਦੀ ਖੇਦਮਤ ਵੀ ਕਰਨ ਲੇਕਿਨ ਉਹਦਾ ਆਪਣਾ ਲਾਲਚ ਤਾਂ ਹੋਊਗਾ ਜੀ ਉਹਦੇ ਕੋਲ ਜ਼ਮੀਨ ਹੋ ਜੋ ਬੇਜ਼ਮੀਨ ਹੈ ਤਾਂ ਕੋ ਪਾਣੀ ਚੋਰੀ ਨਹੀਂ ਕਰ ਸਕਦਾ ਬਿਲਕੁਲ ਬਿਲਕੁਲ ਇੱਕ ਦੂਸਰਾ ਤੁਸੀਂ ਦੇਖੋ ਡਾਕਖਾਨਾ ਦਿੱਤਾ ਤਾਰ ਮਹਿਕਮਾ ਦਿੱਤਾ ਆਪਾਂ ਤੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਕੁਝ ਇੱਕ ਦਿਲਚਸਪ ਘਟਨਾਵਾਂ ਵੀ ਸੁਣਨ ਨੂੰ ਮਿਲੀਆਂ ਮੈਂ ਛੋਟਾ ਹੁੰਦਾ ਸੀ ਮੇਰੇ ਬਾਬੇ ਚਾਚੇ ਤਾਏ ਗੱਲਾਂ ਕਰਦੇ ਹੁੰਦੇ ਜੀ ਪਟਿਆਲੇ ਤੋਂ ਮੇਰੇ ਪਿੰਡ ਘੱਗੇ ਤੱਕ ਧੀ ਮੀਲ ਦਾ ਟੋਟਾ ਸੜਕ ਦਾ ਅੰਗਰੇਜ਼ਾਂ ਨੇ ਬਣਾਇਆ ਸੀ ਜੀ ਅੰਗਰੇਜ਼ਾਂ ਵੇਲੇ ਬਣਿਆ ਸੀ ਭੁਪਿੰਦਰ ਸਿੰਘ ਨੇ ਬਣਾਇਆ ਸੀ ਮਹਾਰਾਜਾ ਭੁਪਿੰਦਰ ਸਿੰਘ ਨੇ ਜੀ ਜੀ ਤੋਂ ਇਹਦੇ ਤੇ ਸ਼ੁਰੂ ਸ਼ੁਰੂ ਚ ਕਿਸੇ ਤੰਗੇ ਵਾਲੇ ਨੂੰ ਘੋੜੇ ਵਾਲੇ ਨੂੰ ਜਾਂ ਪੈਦਲ ਚੜਨ ਦੀ ਮਨਾਹੀ ਸੀ ਹੂੰ ਇਹ ਤਾਂ ਮਹਾਰਾਜੇ ਦੀ ਸੜਕ ਹੈ ਦੇ ਉੱਤੇ ਲੋਕ ਥੋੜਾ ਚੱਲ ਸਕਦੇ ਨੇ ਫੇਰ ਅੰਗਰੇਜ਼ਾਂ ਨੇ ਮਹਾਰਾਜੇ ਨੂੰ ਸਮਝਾਇਆ ਕਿ ਦਰਾਸਲ ਲੋਕਾਂ ਦੀ ਹੁੰਦੀ ਹੈ ਇਹ ਸੜਕ ਲੋਕਾਂ ਦੀ ਆਪਾਂ ਨੂੰ ਵਰਤਣ ਦੇ ਦਿੰਦੇ ਨੇ ਤਾਂ ਭਲੇ ਨੇ ਉਹ ਇਹ ਲੋਕਾਂ ਵਾਸਤੇ ਖੁੱਲੀ ਕਰੋ ਖੁੱਲੀ ਕੀਤੀ ਫਰਲਾਂਗ ਫਰਲਾਂਗ ਤੇ ਸਿਪਾਈ ਖੜਾ ਕੀਤਾ ਜੀ ਜਿਹੜਾ ਸਾਈਕਲ ਸਵਾਰ ਨੂੰ ਸਾਈਕਲ ਸਵਾਰ ਘੱਟ ਸਨ ਲੇਕਿਨ ਕੋਈ ਕੋਈ ਟਾਵਾ ਟਾਵਾ ਸਾਈਕਲ ਆਉਣ ਲੱਗਿਆ ਸੀ ਸਾਈਕਲ ਸਵਾਰ ਘੋੜ ਸਵਾਰ ਤੰਗਾ ਜਾਂ ਪੈਦਲ ਜਿਹੜਾ ਬੰਦਾ ਜਾ ਰਿਹਾ ਉਹਨੂੰ ਡੰਡੇ ਨਾਲ ਕਿਆ ਕਰਦੇ ਸੀ ਖੱਬੇ ਹੱਥ ਚਾਲ ਖੱਬੇ ਚੱਲ ਪਿੰਡ ਦੇ ਲੋਕ ਗੱਲਾਂ ਕਰਨ ਲੱਗੇ ਵੀ ਕਈ ਵਾਰੀ ਸਾਰੀ ਸੜਕ ਖਾਲੀ ਪਈ ਹੁੰਦੀ ਐ ਫੇਰ ਵੀ ਖੱਬੇ ਹੱਥ ਕਿਉਂ ਚੱਲੀਏ ਇਹ ਧੱਕਾ ਕਿਉਂ ਕਰਦੇ ਨੇ ਇੱਕ ਬਜ਼ੁਰਗ ਕਹਿੰਦਾ ਭਾਈ ਆਪਾਂ ਗੁਲਾਮ ਆ ਇਹ ਰਾਜੇ ਨੇ ਹੁਣ ਤਾਂ ਜਿਹੜੇ ਹੱਥ ਕਹਿਣਗੇ ਉਸੇ ਹੱਥ ਚੱਲਣਾ ਪਊ ਜਦੋਂ ਆਪਾਂ ਆਪਣਾ ਰਾਜ ਲੈ ਲਾਂਗੇ ਫੇਰ ਜਿਹੜਾ ਜਿਹੜੇ ਹੱਥ ਮਰਜ਼ੀ ਚੱਲੇ ਜਿਹੜਾ ਚੱਲ ਰਹੇ ਹੁਣ ਜਿਵੇਂ ਆਪਾਂ ਹੁਣ ਕਰ ਰਹੇ ਆ ਤਾਂ ਇਸੇ ਤਰ੍ਹਾਂ ਫਿਰ ਪਾਣੀ ਨਾਲ ਜੁੜੇ ਇਹ ਕੁਝ ਮਸਲੇ ਨੇ ਇੱਕ ਦੋ ਘਟਨਾਵਾਂ ਜੋ ਮੇਰੇ ਯਾਦ ਨੇ ਜੀ ਕਿ ਮੇਰੇ ਪਿੰਡ ਪਾਣੀ ਦਾ ਹਿਸਾਬ ਕਿਤਾਬ ਜਿਹੜਾ ਉਹ ਇੱਕ ਬਾਣੀਆ ਰੱਖਦਾ ਹੁੰਦਾ ਸੀ ਜੀ ਜੀ ਜਿਹਦੀ ਜ਼ਮੀਨ ਨਹੀਂ ਸੀ ਜੀ ਜੀ ਉਹਦੀ ਦੁਕਾਨ ਦੇ ਬਾਹਰ ਥੜਾ ਬਣਿਆ ਹੋਇਆ ਸੀ ਨੰਮਾ ਜੀ ਤੋਂ ਜੇ ਰਾਤ ਨੂੰ ਉਹਦੇ ਕੋਲ ਸਾਰੇ ਪਿੰਡ 'ਚ ਇੱਕੋ ਹੀ ਟਾਈਮ ਪੀਸ ਜੀ ਘੰਟਾ ਜਿਹਨੂੰ ਕੰਧ ਨਾਲ ਲਟਕਾਇਆ ਸੀ ਹਾਂਜੀ ਹਾਂਜੀ ਤੇ ਉਹ ਟੰਨ ਦੀ ਆਵਾਜ਼ ਕਰਦਾ ਸੀ ਜੇ 6 ਵਜੇ ਕਿ ਤਾਂ 6 ਟੰਨ ਹਾਂਜੀ ਜੇ 3 ਵਜੇ ਨੇ ਤਾਂ ਤਿੰਨ ਵਾਰੀ ਫਿਰ ਉਹ ਜਿਹਨੂੰ ਜਿਹਨੂੰ ਜਿੱਥੇ ਜਿੱਥੇ ਟਾਈਮ ਉੱਥੇ ਕਿਸਾਨ ਕੋਈ ਬੈਠਾ ਹੈ ਕੋਈ ਲੇਟ ਲੇਟਿਆ ਹੈ ਜਿਨ੍ਹਾਂ ਦੇ ਰਾਤ ਦੀਆਂ ਵਾਰੀਆਂ ਸੀ ਉਥੋਂ ਸੁਣ ਕੇ ਵੀ ਲੋ ਜੀ ਹੁਣ ਸਾਢੇ 3 ਦਾ ਵਜਾਤਾ ਤਿੰਨ ਪੂਰੇ ਤੇ ਇੱਕ ਅੱਧਾ ਹਾਂ 3 ਵਜਣ ਤੋਂ ਬਾਅਦ ਅੱਧਾ ਵਜੇਗਾ ਤਾਂ ਸਾਢੇ 3 ਹੋ ਗਏ ਫਿਰ ਉਹ ਆਪਣੀ ਕਹੀ ਚੁੱਕਦਾ ਖੇਤ ਵੱਲ ਨੂੰ ਤੁਰ ਪਾਂਦਾ ਫਿਰ ਪਾਣੀ ਤੋੜਦਾ ਜੀ ਪਿੰਡ 'ਚ ਕਿਸੇ ਬੰਦੇ ਨੂੰ ਟਾਈਮ ਨਹੀਂ ਦੇਖਣਾ ਹੁੰਦਾ ਸੀ ਠੀਕ ਹੈ ਜੀ ਟਾਈਮ ਦੱਸਣ ਦੇ ਤੇ ਟਾਈਮ ਦਾ ਹਿਸਾਬ ਤਾ ਰੱਖਣ ਦੇ ਮੈਂ ਜਿਵੇਂ ਦੱਸੇ ਦਾਣੇ ਮਿਲਦੇ ਸੀ ਉਹ ਦਾਣੇ ਲੈਂਦਾ ਸੀ ਮੈਂ ਇੱਕ ਦਿਲਚਸਪ ਘਟਨਾ ਜਿਹੜੀ ਆਪਣੇ ਦਰਸ਼ਕਾਂ ਨੂੰ ਸੁਣਾਉਣ ਨੂੰ ਮੇਰਾ ਦਿਲ ਕਰਦਾ ਹੈ ਉਹ ਇਹ ਕਿ ਜਵਾਨਾਂ ਨੂੰ ਵਿਆਹ ਚ ਨਵੀਆਂ-ਨਵੀਆਂ ਘੜੀਆਂ ਮਿਲਣ ਲੱਗੀਆਂ ਸੀ ਦਹੇਜ ਚ ਉਸ ਟਾਈਮ ਉਸ ਟਾਈਮ ਜੀ ਕਈ ਵਾਰੀ ਤਾਂ ਬਹੁਤਿਆਂ ਨੂੰ ਤਾਂ ਸਾਰੀ ਉਮਰ ਟਾਈਮ ਨਹੀਂ ਦੇਖਣਾ ਘੜੀ ਨੂੰ ਚਾਬੀ ਵੀ ਨਹੀਂ ਦੇਣੀ ਆਉਂਦੀ ਸੀ ਲੇਕਿਨ ਕਿਸੇ-ਕਿਸੇ ਨੂੰ ਚਾਬੀ ਦੇਣੀ ਵੀ ਆ ਗਈ ਤੇ ਟਾਈਮ ਦੇਖਣਾ ਵੀ ਆ ਗਿਆ ਜੀ ਮੇਰੇ ਮੇਰਾ ਖੇਤ ਪਿੰਡੋਂ 3 ਕਿਲੋਮੀਟਰ ਹੈ ਜੀ ਤਾਂ ਇੱਕ ਜਵਾਨ ਖੇਤ ਘੜੀ ਬੰਨੇ ਬੈਠਾ ਜਦੋਂ 3:30 ਵਜ ਗਏ ਉਹਨੇ ਟੱਕ ਮਾਰਨਾ ਚਾਹਿਆ ਵੀ ਮੈਂ ਪਾਣੀ ਆ 3:30 ਵਜ ਗਏ ਵੀ ਹਾਂ ਜਿੱਦੇ ਪਾਣੀ ਚੱਲ ਰਿਹਾ ਸੋ ਉਹਨੂੰ ਕਹਿੰਦਾ ਮੈਂ ਪਾਣੀ ਤੋੜਨ ਲੱਗਿਆ। ਜੀ ਉਹ ਕਹਿੰਦਾ ਨਾ ਪਾਣੀ ਨਹੀਂ ਤੋੜ ਸਕਦਾ ਤੂੰ। ਕਿਉਂ? ਕਹਿੰਦਾ ਸਾਢੇ ਤਿੰਨ ਮੀਰਾਬ ਯਾਨੀ ਕਿ ਬਾਣੀ ਦੀ ਦੁਕਾਨ ਤੇ ਵਜਾ ਤੂੰ ਪਹਿਲਾਂ। ਅੱਛਾ। ਉੱਥੋਂ ਜਿੰਨਾ ਸਮਾਂ ਪੈਦਲ ਇੱਥੇ ਆਉਣ 'ਚ ਲੱਗੂਗਾ ਉਹ ਮੇਰਾ ਪਾਣੀ ਆ। ਮੈਂ ਉੱਥੋਂ ਸਮਾਂ ਸੁਣ ਕੇ ਆਇਆ ਸੀ। ਯਾਨੀ ਜਿਹੜਾ ਸਮਾਂ ਤੁਰਨ 'ਚ ਖੇਤ ਤੱਕ ਪਹੁੰਚਣ 'ਚ ਲੱਗੂਗਾ ਉਹ ਉਹ ਜ਼ਾਇਆ ਨਹੀਂ ਨਾ ਤੂੰ ਕਰ ਸਕਦਾ। ਨਹੀਂ ਕਰ ਸਕਦਾ। ਪਾਣੀ ਪਿੱਛੇ ਲੜਾਈਆਂ ਹੋ ਜਾਂਦੀਆਂ। ਜੀ। ਮੇਰੇ ਪਿੰਡ ਪਾਣੀ ਪਹਿਲਾਂ ਵੱਢ ਲਿਆ। ਬੰਦਾ ਕਤਲ ਹੋ ਗਿਆ ਗੰਡਾਸੇ ਚੱਲ ਗਈ ਜੀ ਇਹ ਸਾਰੇ ਪਿੰਡ ਚ ਇਸ ਗੱਲ ਦੀ ਚਰਚਾ ਅਸੀਂ ਘਰ ਚ ਇਕੱਠੇ ਬੈਠੇ ਮੈਂ ਕਿਹਾ ਬਾਪੂ ਜੀ ਕੀ ਹੋ ਗਿਆ ਲੋਕਾਂ ਨੂੰ ਇਹ ਪਾਣੀ ਪਿੱਛੇ 15 ਮਿੰਟ 20 ਮਿੰਟ ਅੱਧ ਘੰਟੇ ਪਿੱਛੇ ਬੰਦੇ ਦਾ ਕਤਲ ਉਹ ਕਹਿੰਦੇ ਤੂੰ ਛੋਟ ਹੈ ਅਜੇ ਤੈਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਜੀ ਆਪਣੀਆਂ ਰਗਾਂ ਚ ਖੂਨ ਵਗਦਾ ਰਹੇ ਇਹਦੇ ਵਾਸਤੇ ਪਾਣੀ ਦੀ ਲੋੜ ਹੁੰਦੀ ਹੈ ਹੂੰ ਇਸੇ ਤਰ੍ਹਾਂ ਖੇਤਾਂ ਚ ਖਾਲਾਂ ਚ ਪਾਣੀ ਵਗਦਾ ਰਹੇ ਉਹਦੇ ਵਾਸਤੇ ਖੂਨ ਦੀ ਲੋੜ ਹੁੰਦੀ ਹੈ ਇਹ ਤਾਂ ਹੋਊਗਾ ਪਾਣੀ ਪਿੱਛੇ ਖੂਨ ਵਗੇਗਾ ਤੇ ਪਾਣੀ ਦੀ ਸਹਾਇਤਾ ਨਾਲ ਰਗਾਂ ਚ ਖੂਨ ਦੌੜੇਗਾ ਇਹ ਕੁਦਰਤ ਦਾ ਸੂਤ ਹੈ ਜੀ ਜਿਹੜਾ ਤੁਸੀਂ ਘੜੀ ਦੀ ਗੱਲ ਕਰੀ ਦੇਖੋ ਉਹ ਘੜੀ ਦੇ ਵਿੱਚ ਫਿਰ ਉਦੋਂ ਗੋਰੀਆਂ ਨੇ ਘੜੀ ਲਿਆਂਦੀ ਉਹਦੀ ਟ੍ਰੇਨਿੰਗਾਂ ਨਹੀਂ ਦਿੱਤੀਆਂ ਕੋਈ ਇੱਕ ਦਿਲਚਸਪ ਘਟਨਾ ਜੀ ਕਿ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਅੰਗਰੇਜ਼ਾਂ ਨੇ ਦੇਖਿਆ ਕਿ ਸਿੱਖਾਂ ਨੂੰ ਟਾਈਮ ਦੇਖਣਾ ਨਹੀਂ ਆਉਂਦਾ ਹਮ ਉਹ ਗਿਫਟ ਤਾਂ ਇੱਕ ਗਿਫਟ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਦਿੱਤੀ ਸੀ ਘੰਟੇ ਦੀ ਅੱਛਾ ਟਾਈਮ ਪੀਸ ਦੀ ਲੇਕਿਨ ਨਾ ਟਾਈਮ ਦੇਖਣਾ ਆਉਂਦਾ ਸੀ ਨਾ ਚਲਾਉਣਾ ਆਉਂਦਾ ਸੀ ਉਹ ਪਿਆਰਿਆ ਬਸ ਅੰਗਰੇਜ਼ਾਂ ਨੇ ਫੈਸਲਾ ਕੀਤਾ ਕਿ ਆਪਾਂ ਸਿੱਖਾਂ ਨੂੰ ਟਾਈਮ ਦੇਖਣਾ ਸਿਖਾਈਏ ਜੀ ਉਹਨਾਂ ਨੇ 40 ਸਰਦਾਰ ਚੁਣ ਕੇ 1 ਮਹੀਨੇ ਦਾ ਟ੍ਰੇਨਿੰਗ ਕੈਂਪ ਲਾਇਆ ਜੀ 1 ਮਹੀਨੇ ਦੇ ਸਮੇਂ ਦੇ ਦੌਰਾਨ ਤਿੰਨ ਸਿੱਖਾਂ ਨੂੰ ਟਾਈਮ ਦੇਖਣਾ ਆਇਆ ਸੀ 37 ਨੂੰ ਫੇਰ ਵੀ ਨਹੀਂ ਆਇਆ ਤੋ ਇਹ ਸਨ ਫਿਰ ਲੋਕਾਂ ਦੇ ਕੁਝ ਜਿਹੜੀ ਫੌਕ ਵਿਜ਼ਡਮ ਹੈ ਆਪਣੇ ਬਜ਼ੁਰਗਾਂ ਚ ਜੋ ਮੈਂ ਸੁਣਦਾ ਆ ਚਾਚੇ ਨੇ ਮੇਰੇ ਖੇਤ ਦੀ ਕਮਜ਼ੋਰ ਜੀ ਮੱਕੀ ਦੀ ਫਸਲ ਚ ਪਸ਼ੂ ਛੱਡ ਦਿੱਤੇ ਉਜਾੜ ਦਿੱਤਾ ਫਸਲ ਕਮਜ਼ੋਰ ਸੀ ਉਜਾੜਨਾ ਅਸੀਂ ਵੀ ਸੀ ਅਸੀਂ ਗੱਲਾਂ ਕਰਦੇ ਰਹਿੰਦੇ ਸੀ ਪਰ ਚਾਚਾ ਕਿਉਂ ਉਜਾੜੇ ਫਸਲ ਸਾਡੀ ਭੇਲ ਦਿੰਦੇ ਹੁੰਦੇ ਸੀ ਕਾ ਕਹਿੰਦੇ ਹੁੰਦੇ ਸੀ ਸ਼ਬਦਪੂਰਦੇ ਪਤਾ ਨਹੀਂ ਸਾਡੇ ਸ਼ਬਦੇ ਹੈ ਨਹੀਂ ਲੇਕਿਨ ਫਸਲ ਉਜਾੜ ਦਿੱਤੀ ਮੈਂ ਬਹੁਤ ਗੁੱਸੇ ਚ ਮੈਂ ਕਿਹਾ ਬਾਪੂ ਜੀ ਮੈਂ ਥਾਣੇ ਸ਼ਿਕਾਇਤ ਲਖਾਣਾ ਚਾਰ ਛਤਰਾਂ ਨਾਲ ਇਹਨੇ ਰੱਖੀ ਸਿੱਧਾ ਹੋ ਜਾਣਾ ਮੁੜ ਕੇ ਹਿੰਮਤ ਨਹੀਂ ਕਰੂਗਾ। ਬਾਪੂ ਜੀ ਕਹਿੰਦੇ ਨਾ ਇਸ ਤਰ੍ਹਾਂ ਨਹੀਂ ਕਰਨਾ ਗੁੱਸੇ 'ਚ ਨਹੀਂ ਆਣਾ। ਜੀ ਗਰਮ ਨਹੀਂ ਹੋਈਦਾ। ਜੀ ਸਮਝਾਉਂਦੇ ਰਿਹਾ ਮੈਂ ਕਿ ਕਿਉਂ ਨਹੀਂ ਗਰਮ ਹੋਈਦਾ? ਹੱਕ ਲੈਣ ਵਾਸਤੇ ਇਨਸਾਫ ਵਾਸਤੇ ਗਰਮ ਕਿਉਂ ਨਹੀਂ ਹੋਈਦਾ? ਜੀ ਮੈਂ ਥਾਣੇ ਜਾਊਂਗਾ। ਜੀ ਉਹ ਕਹਿੰਦੇ ਨਾ ਗਰਮ ਨਾ ਹੋ। ਮੈਨੂੰ ਕਹਿੰਦੇ ਤੂੰ ਕਦੀ ਕਦਾਂ ਮੇਰੇ ਨਾਲ ਲੋਹਾਰ ਦੀ ਆਰੰਤ ਜਾਂਦਾ ਹੁੰਨਾ। ਹੂੰ ਮੈਂ ਕਿਹਾ ਹਾਂ ਜੀ। ਉੱਥੇ ਦੇਖੀ ਨਹੀਂ ਇੱਕ ਚੀਜ਼ ਧਿਆਨ ਨਾਲ ਕਿ ਲੋਹਾ ਗਰਮ ਹੁੰਦਾ। ਲੋਹਾਰ ਠੰਡਾ। ਹੂੰ ਲੋਹਾਰ ਦੀ ਮਰਜ਼ੀ ਚੱਲਦੀ ਹੈ ਨਾ ਹਮ ਸਿਰ ਸੁੱਟੀ ਸਾਹਮਣੇ ਪਿਆ ਰਹਿੰਦਾ ਲੋਹੇ ਦਾ ਡਾੜਾ ਹਮ ਜਿਹੜੀ ਜਿਹੜੀ ਸ਼ਕਲ ਦੇਣੀ ਚਾਹੁੰਦੇ ਲੋਹਾਰ ਦੇ ਹੀ ਜਾਂਦਾ ਹਮ ਲੋਹਾਰ ਦੀ ਮਰਜ਼ੀ ਤਾਂ ਚੱਲਦੀ ਹੈ ਕਿਉਂਕਿ ਲੋਹਾਰ ਠੰਡਾ ਹੈ ਹਮ ਲੋਹਾ ਗਰਮ ਜੇ ਲੋਹਾ ਠੰਡਾ ਹੋ ਜੇ ਲੋਹਾਰ ਗਰਮ ਹੋ ਜੇ ਫਿਰ ਲੋਹੇ ਦੀ ਮਰਜ਼ੀ ਚੱਲੂਗੀ ਲੋਹਾਰ ਦੀ ਨਹੀਂ ਹਮ ਸੋ ਜੇ ਤੂੰ ਹਕੂਮਤ ਕਰਨੀ ਹੈ ਫਿਰ ਤੈਨੂੰ ਠੰਡਾ ਹੋਣਾ ਪਏਗਾ ਹਮ ਜੇ ਤੂੰ ਗਰਮ ਹੋ ਗਿਆ ਫਿਰ ਤੇਰੇ ਪੱਲੇ ਗੁਲਾਮੀ ਪੂਗੀ ਜੀ ਹੁਣ ਇਹ ਗੱਲਾਂ ਨੇ ਜਿਹੜੀਆਂ ਇਹ ਆਪਾਂ ਨੂੰ ਆਪਣੀ ਫੌਕ ਵਿਜ਼ਡਮ ਚ ਮਿਲਦੀਆਂ ਨੇ ਲੋਕ ਸੁਰਾਂ ਚ ਲੋਕ ਮੁਹਾਵਰਿਆਂ ਚ ਲੋਕ ਕਥਾਵਾਂ ਚ ਬਹੁਤੀ ਵਾਰੀ ਇਹ ਕਿਤਾਬਾਂ ਚ ਨਹੀਂ ਹੁੰਦੀਆਂ ਲੇਕਿਨ ਕਿਤਾਬਾਂ ਤੋਂ ਸੂਖਮ ਹੁੰਦੀਆਂ ਬਿਲਕੁਲ ਅਸੀਂ ਅਕਸਰ ਇਹ ਗੱਲ ਕਹਿੰਨੇ ਆ ਵੀ ਮਾਂ ਬਾਪ ਜਿਹੜੀਆਂ ਗੱਲਾਂ ਸਾਨੂੰ ਕਰਦੇ ਆ ਉਦੋਂ ਸਾਡੀ ਸੋਝੀ ਨਹੀਂ ਹੁੰਦੀ ਤੇ ਅਸੀਂ ਪਕੜ ਨਹੀਂ ਕਰਦੇ ਕੋਈ ਨਾ ਕੋਈ ਬਿਰਲਾ ਹੁੰਦਾ ਜਿਹੜੇ ਬਜ਼ੁਰਗਾਂ ਦੀਆਂ ਦਾਦਿਆਂ ਦੀਆਂ ਦਾਦੀਆਂ ਦੀਆਂ ਗੱਲਾਂ ਨੂੰ ਪਕੜ ਕਰ ਲੈਂਦਾ ਤੇ ਉਹ ਖੈਰ ਰੜੇ ਹੋਏ ਲੋਕ ਹੁੰਦੇ ਆ ਆਪਾਂ ਮੇ ਪੜੇ ਨਹੀਂ ਹੁੰਦੇ ਪਰ ਉਹਨਾਂ ਦੀ ਜਿਹੜਾ ਇਹ ਰੜਿਆ ਪਾਣਾ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਬੜੀ ਖੂਬਸੂਰਤ ਜ਼ਿੰਦਗੀ ਨੂੰ ਖੜਾ ਕਰਨ 'ਚ ਬਹੁਤ ਵੱਡਾ ਯਮ ਜੋਗਦਾਨ ਦਿੰਦਾ ਨਿੱਕੀਆਂ ਨਿੱਕੀਆਂ ਗੱਲਾਂ ਅੱਜ ਅਸੀਂ ਮਹਾਕਵੀ ਭਾਈ ਸੰਤੋਖ ਸਿੰਘ ਦੀ ਵੀ ਸੁਣਾਣੀ ਹੈ ਤੁਹਾਨੂੰ ਜੀ ਜੀ ਮਹਾਕਵੀ ਭਾਈ ਸੰਤੋਖ ਸਿੰਘ ਜੀ ਆਪਣੇ ਗ੍ਰੰਥ ਸੂਰਜ ਪ੍ਰਕਾਸ਼ ਦੇ ਵਿੱਚ ਜ਼ਿਕਰ ਕਰ ਰਹੇ ਨੇ ਦਸਮ ਪਾਤਸ਼ਾਹ ਦਾ ਦੇਖੋ ਸਲੀਕਾ ਦੇਖੋ ਗੱਲ ਵਰਣਨ ਕਰਨ ਦਾ ਜੀ ਉਹ ਤਾਂ ਮੈਂ ਨੂੰ ਹੁਣ ਸ਼ਾਇਰੀ ਨਹੀਂ ਉਹਨਾਂ ਦੀ ਯਾਦ ਲੇਕਿਨ ਵਾਰਤਕ ਦੇ ਵਿੱਚ ਕਰਕੇ ਤੁਹਾਨੂੰ ਸੁਣਾਣਾ ਦਸ਼ਮ ਪਾਤਸ਼ਾਹ ਨੇ ਸਤਲੁਜ ਦਰਿਆ ਪਾਰ ਕਰਨਾ ਸੀ ਮਲਾਹ ਨੇ ਕਿਸ਼ਤੀ ਚ ਬਿਠਾਏ ਪਾਰ ਕਰਾ ਦਿੱਤੇ ਜੀ ਦੂਸਰੇ ਕਿਨਾਰੇ ਉਪਰ ਕੇ ਮਹਾਰਾਜ ਨੇ ਬੋਝੇ ਚ ਹੱਥ ਪਾਇਆ ਕੁਛ ਦੰਬੜੇ ਕੱਢੇ ਤੇ ਦੇਣੇ ਚਾਹੇ ਹਮ ਹੱਥ ਬੰਨ ਕੇ ਮਲਾਹ ਕਹਿੰਦਾ ਮਹਾਰਾਜ ਮੈਂ ਨਹੀਂ ਮਾਇ ਲੈਂਦਾ ਹਮ ਕਿਉਂ ਭਾਈ ਕਿਉਂ ਨਹੀਂ ਮਾਇ ਲੈਂਦੇ ਕਹਿੰਦੇ ਮਹਾਰਾਜ ਤੁਸੀਂ ਵੱਡੇ ਹੋ ਮੈਂ ਛੋਟਾ ਪਰ ਕਿੱਤਾ ਆਪਣਾ ਇੱਕੋ ਹੀ ਹੈ ਵਾਹ ਜੀ ਵਾਹ ਤੁਸੀਂ ਵੀ ਮਲਾਹ ਹੋ ਮੈਂ ਵੀ ਮਲਾ ਤੁਸੀਂ ਮੇਰੀ ਕਿਸ਼ਤੀ 'ਚ ਬੈਠੇ ਮੇਰੇ ਦੁਆਰੇ ਆਏ ਮੈਂ ਤੁਹਾਨੂੰ ਦੂਜੇ ਕਿਨਾਰੇ ਤੇ ਲਾ ਦਿੰਦਾ ਮਹਾਰਾਜ ਤੁਹਾਡੇ ਦੁਆਰੇ ਵੀ ਮੈਂ ਪਹੁੰਚਣਾ ਕਦੀ ਉਦੋਂ ਮੇਰੇ ਕੋਲ ਪੈਸੇ ਨਹੀਂ ਹੋਣਗੇ ਫਿਰ ਤੁਸੀਂ ਮੈਨੂੰ ਬਿਨਾਂ ਪੈਸਿਆਂ ਤੋਂ ਵੀ ਪਾਰ ਲੰਘਾਉਂਗੇ ਹੀ ਨਾ ਵਾਹ ਜੀ ਵਾਹ ਜੀ ਇਹ ਆ ਜੀ ਇਹ ਹੈ ਰੂਹਾਨੀ ਰਮਜ਼ਾਂ ਜੀ ਜੀ ਵੱਡੀਆਂ ਗੱਲਾਂ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਤਾਂ ਹੀ ਤਾਂ ਕਹਿਣੇ ਹੁੰਨੇ ਆ ਵੀ ਕਿਸੇ ਦਾ ਕਿੱਤਾ ਦੇਖ ਕੇ ਤੁਸੀਂ ਉਹਨੂੰ ਜੱਜ ਨਹੀਂ ਕਰ ਸਕਦੇ ਤੇ ਕਿੱਤਾ ਕਿਸੇ ਵੀ ਲੈਵਲ ਦਾ ਹੋ ਸਕਦਾ ਬਿਲਕੁਲ ਸੋ ਬਹੁਤ ਸਾਰੀਆਂ ਇਹ ਜੀਆਂ ਗੱਲਾਂ ਸਾਨੂੰ ਅਕਸਰ ਅਸੀਂ ਪੰਨੂ ਸਾਹਿਬ ਤੋਂ ਹਾਸਲ ਕਰਦੇ ਆਂ ਤੇ ਤੁਹਾਡੇ ਤੱਕ ਪੁੱਛਦੀਆਂ ਕਰਦੇ ਆਂ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਤੁਸੀਂ ਕਮੈਂਟਸ 'ਚ ਜ਼ਰੂਰ ਦੱਸਦੇ ਰਹੋ ਅੱਜ ਦੇ ਇਸ ਐਪੀਸੋਡ 'ਚ ਹੁਣ ਲੈਣੀ ਚਾਹਾਂਗੇ ਇਜਾਜ਼ਤ ਮਿਲਦੇ ਆ ਕਿਸੇ ਅਗਲੇ ਸ਼ੋਅ 'ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸ਼ੁਕਰਾਨਾ ਤੁਹਾਡਾ ਸਾਰਿਆਂ ਦਾ ਦਰਸ਼ਕਾਂ ਦਾ ਵੀ ਮਿੰਟੂ ਬਰਾੜ ਜੀ ਤੁਹਾਡਾ ਮਿਹਰਬਾਨ